ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੀ ਲਈ ਹੈ, ਕਿਉਂਕਿ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ, ਜਿਸ ਦੇ ਚਲਦਿਆਂ ਆਮ ਲੋਕਾਂ ਦੇ ਜਿਹੜੇ ਲੋਕ ਰੋਜ਼ਾਨਾ ਆਪਣੇ ਕੰਮਾਂ ਕਾਰਾਂ 'ਤੇ ਜਾਣ ਦੇ ਲਈ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣ ਦੇ ਲਈ ਬੱਸਾਂ ਦਾ ਸਫ਼ਰ ਕਰਦੇ ਨੇ ਤਾਂ ਉਹਨਾਂ ਦੀ ਜੇਬ 'ਤੇ ਬੋਝ ਪਵੇਗਾ। ਕਿਰਾਏ ਵਧਾ ਦਿੱਤੇ ਗਏ ਨੇ ਕਿਉਂਕਿ ਬੀਤੇ ਦਿਨ ਜਿਹੜਾ ਡੀਜ਼ਲ ਦੇ ਉੱਪਰ ਵੈਟ ਵਧਾਇਆ ਗਿਆ, ਉਸੇ ਦੇ ਚਲਦਿਆਂ ਬੱਸਾਂ ਦੇ ਕਿਰਾਇਆਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ। ਇਸੇ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਨੋਟੀਫਿਕੇਸ਼ਨ ਦੇ ਮੁਤਾਬਕ ਕੀ ਕਿਰਾਏ ਵਧਾਏ ਗਏ ਨੇ ਅਤੇ ਕਦੋਂ ਤੋਂ ਲਾਗੂ ਹੋਣਗੇ, ਇਹੀ ਪੂਰੀ ਜਾਣਕਾਰੀ ਲੈ ਲੈਂਦੇ ਆ। ਮੇਰੇ ਨਾਲ ਫੋਨ ਲਾਈਨ 'ਤੇ ਵਨੀਤ ਜੁੜੇ ਹੋਏ ਨੇ। ਵਨੀਤ, ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ, ਕਿੰਨਾ ਕਿਰਾਇਆ ਵਧਾਇਆ, ਕਦੋਂ ਤੋਂ ਲਾਗੂ ਹੋਣਗੇ? ਦੇਖੋ, ਜੇਕਰ ਇਸ ਨੋਟੀਫਿਕੇਸ਼ਨ ਦੀ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਨੋਟੀਫਿਕੇਸ਼ਨ ਜਿਹੜਾ ਉਹ 8/9/2024 ਤੋਂ ਫੋਰਸਫੁਲੀ ਐਪਲੀਕੇਬਲ ਹੋਏਗਾ, ਯਾਨੀ ਲਫ਼ਜ਼ਾਂ ਦੇ ਵਿੱਚ ਕਹਿ ਦਿੱਤਾ ਗਿਆ ਕਿ 8/9 ਤੋਂ ਇਹ ਨੋਟੀਫਿਕੇਸ਼ਨ ਜਿਹੜਾ ਉਹ ਲਾਗੂ ਹੁੰਦਾ ਹੋਇਆ ਨਜ਼ਰ ਆਏਗਾ। ਔਰ ਬੱਸਾਂ ਦਾ ਜਿਹੜਾ ਕਿਰਾਇਆ ਵਧਾਇਆ ਗਿਆ ਐਕਸਰਸਾਈਜ਼ ਦੇ ਵਿੱਚ, ਜਿਹੜਾ ਸਬ ਸੈਕਸ਼ਨ 60 ਹੈ ਉਸਦੀ ਪਾਵਰ ਦਾ ਇਸਤੇਮਾਲ ਕਰਦੇ ਹੋਏ, ਮੋਟਰ ਵਹੀਕਲ ਐਕਟ ਜਿਹੜਾ ਉਸਦਾ ਇਸਤੇਮਾਲ ਕਰਦੇ ਹੋਏ ਬੱਸਾਂ ਦਾ ਕਿਰਾਇਆ ਜਿਹੜਾ ਉਹ ਵਧਾ ਦਿੱਤਾ ਗਿਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੈਟ ਦੇ ਵਿੱਚ ਇਜ਼ਾਫਾ ਕੀਤਾ ਗਿਆ ਸੀ। ਔਰ ਜਿਹੜੀਆਂ ਹੁਣ ਆਰਡੀਨਰੀ ਬੱਸਾਂ ਨੇ ਉਸਦੇ ਵਿੱਚ ਜਿਹੜਾ ਫੇਅਰ ਹੈ ਉਹ ਹੁਣ 145 ਜਿਹੜਾ ਪੈਸੇ ਹੈ ਉਹ ਵਧਾਏ ਗਏ ਨੇ, ਯਾਨੀ 1 ਰੁਪਏ 45 ਪੈਸੇ ਦਾ ਇਜ਼ਾਫਾ ਕੀਤਾ ਗਿਆ ਹੈ। ਇਸਦੇ ਨਾਲ ਹੀ HVAC ਜਿਹੜੀ ਬੱਸਾਂ ਨੇ ਉਸਦੇ ਵਿੱਚ 1 ਰੁਪਏ 74 ਪੈਸੇ ਦਾ ਇਜ਼ਾਫਾ ਕੀਤਾ ਗਿਆ, ਯਾਨੀ 20% ਇਸਨੂੰ ਐਕਸੀਡ ਕੀਤਾ ਗਿਆ ਆਰਡੀਨਰੀ ਬੱਸਾਂ ਤੋਂ। ਇਸਦੇ ਨਾਲ ਹੀ ਇੰਟਰਗਰਲ ਜਿਹੜਾ ਕੋਚ ਹੈ ਉਸਦੇ ਵਿੱਚ 2.61 ਰੁਪਏ ਦਾ ਇਜ਼ਾਫਾ ਹੈ ਤੇ ਸੁਪਰ ਇੰਟਰਗਰਲ ਕੋਚ ਜਿਹੜੇ ਨੇ ਉਸਦੇ ਵਿੱਚ 2.90 ਰੁਪਏ ਦਾ ਇਜ਼ਾਫਾ ਕੀਤਾ ਗਿਆ। ਫਸਟ ਲਫ਼ਜ਼ਾਂ ਦੇ ਵਿੱਚ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜਿਸ ਢੰਗ ਦੇ ਨਾਲ ਰੈਵਨਿਊ ਦੇ ਵਿੱਚ ਇਜ਼ਾਫਾ ਕਰਨਾ ਤੇ ਉਸੇ ਬਾਬਤ ਕਦਮ ਜਿਹੜਾ ਉਹ ਚੁੱਕਿਆ ਗਿਆ ਹੈ, ਕਿਉਂਕਿ ਇੱਕ ਪਾਸੇ ਸਰਕਾਰ ਜਿਹੜੀ ਹੈ ਰੋਡਵੇਜ਼ ਦੇ ਵਿੱਚ ਮਹਿਲਾਵਾਂ ਨੂੰ ਫ੍ਰੀ ਸਫ਼ਰ ਮੁਹੱਈਆ ਕਰਾ ਰਹੀ ਹੈ ਤੇ ਜਿਹੜੀਆਂ ਹੋਰ ਸਵਾਰੀਆਂ ਨੇ ਉਹਨਾਂ ਦੇ ਜਿਹੜਾ ਕਿਰਾਇਆ ਉਸਦੇ ਵਿੱਚ ਇਹ ਇਜ਼ਾਫਾ ਹੁੰਦਾ ਨਜ਼ਰ ਆਇਆ। ਫ੍ਰੀ ਸਫ਼ਰ ਜਿਹੜਾ ਮਹਿਲਾਵਾਂ ਨੂੰ ਕਰਾਇਆ ਜਾ ਰਿਹਾ ਉਹ ਜਿਉਂ ਦਾ ਤਿਉਂ ਰਹੇਗਾ ਜਿਸ ਢੰਗ ਦੇ ਨਾਲ ਪਹਿਲਾਂ ਸਰਕਾਰ ਮਹਿਲਾਵਾਂ ਨੂੰ ਸੁਵਿਧਾ ਉਪਲਬਧ ਕਰਾਉਂਦੀ ਹੋਈ ਨਜ਼ਰ ਆ ਰਹੀ ਸੀ। ਜੀ, ਤਾਂ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਜੇਕਰ ਇੱਕ ਵਿਅਕਤੀ ਕੋਈ ਸਫ਼ਰ ਕਰਦਾ ਹੈ ਤਾਂ ਉਸ ਨੂੰ ਕਿਰਾਏ ਦੇ ਵਿੱਚ 15-20 ਰੁਪਏ ਦਾ ਜਿਹੜਾ ਹੈ ਵਾਧਾ ਜਿਹੜਾ ਹੈ ਉਹ ਉਸ ਨੂੰ ਸਹਿਣਾ ਪਵੇਗਾ। ਬਿਲਕੁਲ, ਦੇਖੋ ਪਰ ਕਿਲੋਮੀਟਰ ਜਿਸ ਤਰ੍ਹਾਂ ਢੰਗ ਦੇ ਨਾਲ 1 ਰੁਪਏ 45 ਪੈਸੇ ਦਾ ਇਜ਼ਾਫਾ ਕੀਤਾ ਗਿਆ ਤੇ ਸਭ ਲਫ਼ਜ਼ਾਂ ਦੇ ਵਿੱਚ ਇੱਕ ਰੂਟ ਦੇ ਉੱਪਰ ਲੌਂਗ ਰੂਟ ਹੈ ਜਾਂ ਫਿਰ ਸ਼ੋਰਟ ਰੂਟ ਹੈ ਤੇ ਜ਼ਰੂਰ ਆਮ ਆਦਮੀ ਦੀ ਜੇਬ ਦੇ ਉੱਪਰ ਇਸਦਾ ਫਰਕ ਜ਼ਰੂਰ ਪਏਗਾ, ਕਿਉਂਕਿ ਉਹਨਾਂ ਨੂੰ ਹੁਣ ਵੱਧ ਕਿਰਾਇਆ ਜਿਹੜਾ ਉਹ ਦੇਣਾ ਪਏਗਾ। ਹਾਲਾਂਕਿ ਇਸਦੇ ਵਿੱਚ ਜ਼ਰੂਰ ਜਿਹੜੇ ਥੱਲੇ ਵੀ ਇੱਕ ਨੋਟੀਫਿਕੇਸ਼ਨ ਦੇ ਵਿੱਚ ਸਪਸ਼ਟਤਾ ਦਿੱਤੀ ਹੋਈ ਹੈ ਕਿ 2.5 ਰੁਪਏ ਤੋਂ ਲੈ ਕੇ 5 ਰੁਪਏ ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਵੀ ਆਮ ਰੂਟ ਦੇ ਉੱਪਰ ਹੀ 2.5 ਰੁਪਏ ਤੋਂ ਲੈ ਕੇ 5 ਰੁਪਏ ਤੱਕ ਦਾ ਇਜ਼ਾਫਾ ਜਿਹੜਾ ਇੱਕ ਰੂਟ ਦੇ ਉੱਪਰ ਹੋਏਗਾ। ਔਰ ਇਸ ਨੂੰ ਸਰਕਾਰ ਇਸੀ ਲਹਿਜ਼ੇ ਦੇ ਵਿੱਚ ਲੈ ਰਹੀ ਹੈ ਕਿ ਜੇਕਰ ਸੁਵਿਧਾਵਾਂ ਲੋਕਾਂ ਨੂੰ ਫ੍ਰੀ ਮੁਹੱਈਆ ਕਰਾਉਣੀਆਂ ਨੇ ਜਾਂ ਫਿਰ ਸੁਵਿਧਾਵਾਂ ਵਧਾ ਕੇ ਦੇਣੀਆਂ ਨੇ ਤੇ ਫਿਰ ਕਿਤੇ ਨਾ ਕਿਤੇ ਥੋੜੇ ਬਹੁਤ ਇਜ਼ਾਫੇ ਜਿਹੜੇ ਨੇ ਉਹ ਕਰਨੇ ਪੈਣੇ ਆ ਤਾਂ ਕਿ ਸਰਕਾਰ ਦਾ ਖਜ਼ਾਨਾ ਵੀ ਖਾਲੀ ਨਾ ਹੋਏ, ਖਜ਼ਾਨੇ ਦੇ ਵਿੱਚ ਵੀ ਰੈਵਨਿਊ ਆਉਂਦਾ ਰਹੇ ਔਰ ਲੋਕਾਂ ਨੂੰ ਫ੍ਰੀ ਸੁਵਿਧਾ ਜਿਹੜੀ ਹੈ ਮਿਲਦੀ ਹੈ। ਬਿਲਕੁਲ ਬਿਲਕੁਲ, ਤਾਂ ਧੰਨਵਾਦ ਬਨੀ ਤਮਾਮ ਜਾਣਕਾਰੀ ਦੇ ਲਈ। ਤਾਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਦੇ ਲਈ ਬੇਹੱਦ ਅਹਿਮ ਖਬਰ ਹੈ, ਕਿਉਂਕਿ ਅੱਜ ਤੋਂ ਬੱਸਾਂ ਦੇ ਕਿਰਾਇਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਔਰ ਇੱਕ ਵਾਰੀ ਫਿਰ ਤੋਂ ਦੱਸ ਦਈਏ, ਜਿਹੜੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਉਸ ਦੇ ਮੁਤਾਬਿਕ ਜਿਹੜੀਆਂ ਆਰਡੀਨਰੀ ਬੱਸਿਸ ਨੇ, ਆਮ ਜਿਹੜੀਆਂ ਬੱਸਾਂ ਨੇ, ਉਸ ਦੇ ਵਿੱਚ ਪਹਿਲਾਂ ਜਿਹੜਾ ਕਿਰਾਇਆ ਉਹ 1 ਰੁਪਏ 22
ਪੈਸੇ ਪ੍ਰਤੀ ਕਿਲੋਮੀਟਰ ਹੁੰਦਾ ਸੀ, ਜੋ ਹੁਣ ਵਧਾ ਕੇ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਹੈ। ਏਸੀ ਬੱਸਾਂ ਦਾ ਕਿਰਾਇਆ ਜਿਹੜਾ ਉਹ 1 ਰੁਪਏ 74 ਪੈਸੇ ਜਿਹੜੇ ਨੇ ਉਹ ਪ੍ਰਤੀ ਯਾਤਰੀ ਪ੍ਰਤੀ ਕਿਲੋਮੀਟਰ ਜਿਹੜਾ ਉਹ ਕਰ ਦਿੱਤਾ, ਔਰ ਇੰਟੀਗਰਲ ਕੋਚ ਦਾ ਕਿਰਾਇਆ ਜਿਹੜਾ ਉਹ 2 ਰੁਪਏ 61 ਪੈਸੇ ਪ੍ਰਤੀ ਕਿਲੋਮੀਟਰ ਕੀਤਾ, ਅਤੇ ਸੁਪਰ ਇੰਟੀਗਰਲ ਕੋਚ ਦਾ ਕਿਰਾਇਆ 2 ਰੁਪਏ 90 ਪੈਸੇ ਕਰ ਦਿੱਤਾ ਗਿਆ। ਹਾਲਾਂਕਿ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਵੀ ਕਿਹਾ ਹੈ ਕਿ ਮਹਿਲਾਵਾਂ ਨੂੰ ਜਿਹੜੀ ਮੁਫ਼ਤ ਬੱਸ ਸਫ਼ਰ ਦੀ ਸੁਵਿਧਾ ਮਿਲਦੀ ਸੀ ਉਹ ਜਿਉਂ ਦੀ ਤਿਉਂ ਹੀ ਬਰਕਰਾਰ ਰਹੇਗੀ, ਉਵੇਂ ਹੀ ਉਸ ਤਰੀਕੇ ਦੇ ਨਾਲ ਹੀ ਜਾਰੀ ਰਹੇਗੀ। ਬੱਸਾਂ ਦੇ ਵਿੱਚ ਮਹਿਲਾਵਾਂ ਦੇ ਲਈ ਸਫ਼ਰ ਜਿਹੜਾ ਉਹ ਮੁਫ਼ਤ ਰਹੇਗਾ, ਲੇਕਿਨ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਵਾਧੂ ਕਿਰਾਇਆ ਜਿਹੜਾ ਉਹ ਜ਼ਰੂਰ ਭਰਨਾ ਪਵੇਗਾ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।